रहीम, मेरे दोस्तों, भाइयों, बुजुर्गों, अस्सलाम वालेकुम। वालेकुम अस्सलाम। सब तो पहले मैं गौर सतपाल साहब को मुबारकबाद देंगा कि अल्लाह ताला की मेहरबानी नाल ये विच कोई किसी का किरदार होए ना होए, जो चीज़ किसी की किस्मत लिखी होंगी है उस तक पहुँचनी है। इज्जत अल्लाह ताला ने इन्हू देनी सी, इस तक पहुँच गई है। ਬਾਕੀ ਤਾਂ ਸਾਰੇ ਵਸੀਲੇ ਹੁੰਦੇ ਨੇ। ਮੈਂ ਇਹਨੂੰ ਮੁਬਾਰਕਬਾਦ ਦਿਆਂਗਾ ਇਹਦੇ ਇਸ ਅਹੁਦੇ ਦੀ, ਔਰ ਥੋੜ੍ਹਾ ਜਿਹਾ ਮੈਂ ਤੁਹਾਨੂੰ ਚੰਦ ਚੀਜ਼ਾਂ ਜਿਹੜੀਆਂ ਕਿ ਐਮ ਪੀ ਏ ਸਾਹਿਬ ਇਸ ਹਿਸਟਰੀ ਦੇ ਬਾਰੇ ਨਹੀਂ ਦੱਸ ਸਕੇ, ਉਹਦੇ ਉੱਤੇ ਰੋਸ਼ਨੀ ਪਾਵਾਂ। ਇਸ ਮਾਰਕੀਟ ਕਮੇਟੀ ਦੀ ਅਹਿਮੀਅਤ ਦਾ ਤੁਸੀਂ ਅੰਦਾਜ਼ਾ ਇਸ ਚੀਜ਼ ਤੋਂ ਲਗਾ ਸਕਦੇ ਹੋ ਕਿ ਅਗਰ ਇਸ ਦੇ ਬੋਰਡ ਨੂੰ ਤੁਸੀਂ ਵੇਖੋਗੇ ਤਾਂ 1951 ਤੋਂ ਲੈ ਕੇ ਕਾਫੀ ਅਰਸੇ ਤੱਕ ਸਾਡੀ ਫੈਮਿਲੀ ਦੇ ਲੋਕ ਹੀ ਇਸ ਮਾਰਕੀਟ ਕਮੇਟੀ ਦੇ ਚੇਅਰਮੈਨ ਬਣੇ। ਉਸ ਤੋਂ ਬਾਅਦ ਅਸੀਂ ਇੱਕ ਤਜਰਬਾ ਕੀਤਾ, ਇੱਕ ਨਾਮ ਵਿੱਚ ਲੈਣਾ ਜਾਂ ਫਿਰ ਸਭ ਭੁੱਲ ਗਏ ਨੇ। ਦੋ ਬੰਦਿਆਂ ਨੂੰ ਅਸੀਂ ਇਹ ਖਸੂਸੀ ਨਸ਼ੇ, ਜਿਹਨੂੰ ਸਮਝ ਲਓ ਇਹ ਜਿਸ ਜਗ੍ਹਾ ਦੇ ਉੱਤੇ ਮੈਂ ਇਸ ਵਕਤ ਜਿਸ ਜਗ੍ਹਾ 'ਚ ਖੜਾ ਹਾਂਗਾ, ਇਹ ਸਾਡਾ ਇਸ ਇਲਾਕੇ ਦੇ ਵਿੱਚ ਦੂਸਰਾ ਘਰ ਸਮਝਿਆ ਜਾਂਦਾ ਹੈ ਮਾਰਕੀਟ ਕਮੇਟੀ। ਅਗਰ ਕੋਈ ਬਜ਼ੁਰਗ ਜਾਂ ਪੁਰਾਣੇ ਬੰਦੇ ਖੜੇ ਹੋਣ ਤਾਂ ਉਹਨਾਂ ਨੂੰ ਪਤਾ ਹੋਵੇਗਾ ਕਿ ਇਹ ਸਾਡੀ ਫੈਮਿਲੀ ਦਾ ਜਿਹੜਾ ਦੂਸਰਾ ਘਰ ਆ ਉਹ ਇਹ ਮਾਰਕੀਟ ਕਮੇਟੀ। ਉਸ ਘਰ ਨੂੰ ਅਸੀਂ ਅੱਗੋਂ ਆਪਦੇ ਦੋ ਦੋਸਤਾਂ ਨੂੰ ਮੁੰਤਕਿਲ ਕੀਤਾ, ਇੱਕ ਮਾਰ ਬਸ਼ੀਰ ਫਤਿਆਣਾ ਸਾਹਿਬ ਤੇ ਦੂਸਰਾ ਚੌਰੀ ਮੁਸ਼ਤਾਕ ਸਾਹਿਬ। ਜਦੋਂ ਮੁੰਤਕਿਲ ਕੀਤਾ ਤੇ ਉਹਦਾ ਨਤੀਜਾ ਸਾਨੂੰ ਇਹ ਮਿਲਿਆ ਕਿ ਉਹ ਬੰਦੇ ਜਿਨ੍ਹਾਂ ਨੂੰ ਅਸੀਂ ਆਪਣੇ ਘਰ ਦੀ ਸੀਟ ਦਿੱਤੀ ਹੈ ਅੱਜ ਦੇ ਦਿਨ ਤੱਕ ਸਾਡੀ ਮੁਖਾਲਫਤ ਕਰ ਰਹੇ ਨੇ। ਗੌਰ ਸਾਹਿਬ ਨੂੰ ਐਤਕੀ ਮੈਂ ਇਸ ਦਾ ਤੂੰ ਰਿਸਕ ਨਹੀਂ ਦੇ ਲਿਆ, ਤੁਹਾਨੂੰ ਮੈਂ ਸਾਰਿਆਂ ਨੂੰ ਦੱਸਦਾ ਐਤਕੀ ਜਾਫਰ ਸਾਹਿਬ ਤੇ ਗੌਰ ਸਤਪਾਲ ਸਾਹਿਬ ਇਹ ਤੁਸੀਂ ਇਹ ਤਜਰਬਾ ਕੀਤਾ, ਮੈਂ ਦੁਆ ਗਵਾਂ ਕਿ ਅੱਲਾਹ ਤਾਲਾ ਤੁਹਾਨੂੰ ਇਹ ਕੰਮ ਨਸੀਬ ਕਰੇ। ਬਲਕਿ ਮੈਂ ਰਿਕੁਐਸਟ ਕਰਾਂਗਾ ਗੌਰ ਨਾਲ ਕਿ ਯਾਰ ਮਿਹਰਬਾਨੀ ਕਰੀ, ਤੂੰ ਮਿਹਰਬਾਨੀ ਕਰੀ। ਦੂਸਰੀ ਗੱਲ ਇਹ, ਕੋਈ ਸ਼ਹਿਰ ਮਾਰਕੀਟ ਕਮੇਟੀ ਦੇ ਬਾਰੇ ਮੈਂ ਤੁਹਾਨੂੰ ਇੱਕ ਚੀਜ਼ ਵਜ਼ਾਹਤ ਨਾਲ ਦੱਸ ਦਿਆਂ, ਕੋਈ ਸ਼ਹਿਰ ਕਾਮਯਾਬ ਨਹੀਂ ਹੁੰਦਾ ਜਿਸ ਦੀ ਮਾਰਕੀਟ ਕਮੇਟੀ ਕਾਮਯਾਬ ਨਾ ਹੋ। ਮੇਰੀ ਇਹ ਕੰਨ ਖੁੱਲ ਕੇ ਸਾਰੇ ਸ਼ਹਿਰ ਵਾਲੇ ਸੁਣ ਲਓ, ਇੱਕ ਬੰਦਾ ਜਿਸ ਵਕਤ ਜਿਸ ਸ਼ਹਿਰ ਦੇ ਵਿੱਚ ਜਿਨਸ ਵੇਚ ਕੇ ਜਾਂਦਾ ਨਾ, ਉਹ ਉੱਥੇ ਮਾਰਕੀਟ ਕਮੇਟੀ ਦੇ ਵਿੱਚ ਜਾਂ ਤੁਹਾਡੀ ਗੱਲਾਂ ਮੰਡੀ ਵਿੱਚ ਜਿਨਸ ਵੇਚਦਾ, ਉਹ ਹੀ ਜਿਹੜੇ ਉਹਨੂੰ ਪੈਸੇ ਮਿਲਦੇ ਨੇ, ਉਹ ਤੁਹਾਡੀਆਂ ਦੁਕਾਨਾਂ ਤੋਂ, ਸ਼ਹਿਰ ਦੀ ਦੁਕਾਨਾਂ ਤੋਂ, ਕਿਸੇ ਤੂੰ ਕੱਪੜਾ, ਕਿਸੇ ਤੂੰ ਬਾਕੀ ਖਾਣ ਪੀਣ ਦਾ ਸਮਾਨ, ਜੁੱਤੀ ਛੁੱਤੀ, ਜ਼ਰੂਰੀਅਤ ਜ਼ਿੰਦਗੀ, ਆਪਦੀ ਫੈਮਿਲੀ ਦੀ ਹਰ ਜ਼ਰੂਰੀਅਤ ਜ਼ਿੰਦਗੀ ਉਸ ਸ਼ਹਿਰ ਦੀਆਂ ਦੁਕਾਨਾਂ ਔਰ ਮਾਰਕੀਟਾਂ ਤੋਂ ਖਰੀਦ ਕੇ ਜਾਂਦਾ ਜ਼ਿੰਦਗੀ। ਇਸ ਗੱਲ ਤੋਂ ਤੁਸੀਂ ਐਗਰੀ ਕਰਦੇ? ਬਿਲਕੁਲ ਬਿਲਕੁਲ ਗਲਤ ਗੱਲ ਹੈ। ਤੁਹਾਡੀ ਮੰਡੀ ਖਤਮ ਹੋ ਚੁੱਕੀ ਹੈ, ਤਾਂਦਲਿਆਂ ਵਾਲਾ ਮੰਡੀ ਖਤਮ ਹੋ ਚੁੱਕੀ ਹੋਈ ਹੈ। ਇਸ ਵਕਤ ਕੁੱਲ ਜ਼ਿਮੀਦਾਰ ਤਹਿਸੀਲ ਤਾਂਦਲਿਆਂ ਵਾਲਾ ਦਾ ਯਾ ਸਮੁੰਦਰੀ ਯਾਦਗਾੜ ਵਾਲੀ ਸਾਈਡ ਸਾਹਿਵਾਲ ਦੇ ਵਿੱਚ ਜਿਨਸ ਵੇਚ ਰਹੀ ਹੈ, ਤਾਂਦਲੇ ਕੋਈ ਜਿਨਸ ਨਹੀਂ ਵੇਚ ਰਹੀ। ਬਿਲਕੁਲ ਸਹੀ। ਔਰ ਉਸ ਜਿਨਸ ਦੇ ਨਾ ਵੇਚਣ ਦੇ ਜ਼ਿੰਮੇਦਾਰ ਸਿਰਫ ਐਡਮਿਨਿਸਟ੍ਰੇਟਰ ਨਹੀਂ,
ਇਸ ਸ਼ਹਿਰ ਦੇ ਆੜ੍ਹਤੀ ਵੀ ਉਹਦੇ ਜ਼ਿੰਮੇਦਾਰ ਨੇ ਔਰ ਇਸ ਮਾਰਕੀਟ ਕਮੇਟੀ ਦਾ ਅਮਲਾ ਔਰ ਇਸ ਮਾਰਕੀਟ ਕਮੇਟੀ ਦੀ ਐਡਮਿਨਿਸਟ੍ਰੇਸ਼ਨ ਬਰਾਬਰ ਦੀ ਜ਼ਿੰਮੇਦਾਰ ਹੈ ਕਿ ਸਾਡੀ ਮਾਰਕੀਟ ਜਿਹੜੀ ਗੱਲਾ ਮੰਡੀ ਤਾਂਦਰੇ ਵਾਲਾ ਖਤਮ ਹੋ ਚੁੱਕੀ ਹੈ। ਮੈਂ ਅੱਜ ਮੈਂ ਔਰ ਐਮ ਪੀ ਏ ਤੁਹਾਡੇ ਨਾਲ ਵਾਅਦਾ ਕਰਨੇ ਆ ਤੁਸੀਂ ਮਾਰਕੀਟ ਗੱਲਾ ਮੰਡੀ ਚਲਾ ਕੇ ਵਿਖਾਓ, ਤੁਹਾਨੂੰ ਜਿਸ ਤਰ੍ਹਾਂ ਦਾ ਡਿਵੈਲਪਮੈਂਟ ਦਾ ਕੰਮ ਆਖੋਗੇ ਅਸੀਂ ਤੁਹਾਨੂੰ ਕਰਵਾ ਕੇ। ਲੇਕਿਨ ਇਸ ਮੁਰਦੇ ਇਸ ਗੱਲਾਂ ਮੰਡੀ ਵਾਲੀ ਮੁਰਦੇ ਦੇ ਵਿੱਚ ਜਦੋਂ ਤੱਕ ਤੁਸੀਂ ਜਾਨ ਨਹੀਂ ਪਾਣੀ ਅਸੀਂ ਇੱਕ ਰੁਪਿਆ ਖਰਚ ਨਹੀਂ ਕਰਨਾ ਇਸ ਮੰਡੀ। ਮੈਂ ਅੱਜ ਵਧਾਤ ਨਾਲ ਗੱਲ ਕਰ ਰਿਹਾ, ਇਸ ਮੰਡੀ ਦੇ ਵਿੱਚ ਬੋਲੀ ਦਾ ਨਿਜ਼ਾਮ ਸ਼ੁਰੂ ਕਰੋ। ਇਸ ਮੰਡੀ ਦੇ ਵਿੱਚ ਜਿਹਨਾਂ ਸਾਲਿਆਂ ਨੂੰ ਲੋਕਾਂ ਕੋਲੋਂ ਜਾ ਕੇ ਇਹ ਆੜ੍ਹਤੀ ਮਾਫ਼ੀ ਮੰਗ ਕੇ ਆਣ ਕੇ ਅਸੀਂ ਜੋ ਗਲਤੀਆਂ ਕੀਤੀਆਂ ਸਾਨੂੰ ਮਾਫ਼ ਕਰੋ, ਖੁਦਾ ਦਾ ਨਾਂ ਦੇ ਜਿਹਨਾਂ ਅਸੀਂ ਇੱਥੇ ਤਾਂਦਰੇ ਲੈ ਕੇ ਆਵਾ ਇਹ ਮਾਫ਼ੀ ਮੰਗਣ ਜਾ ਕੇ ਲੋਕਾਂ ਕੋਲੋਂ, ਇਹਨਾਂ ਜੋ ਜ਼ਿਆਦਤੀਆਂ ਕੀਤੀਆਂ ਨੇ ਜਿਸ ਵਜ੍ਹਾ ਤੋਂ ਇਹ ਜ਼ਿੰਮੀਦਾਰਾਂ ਨੇ ਇਸ ਮੰਡੀ ਤੋਂ ਮੂੰਹ ਮੋੜਿਆ, ਉਹਨਾਂ ਕੋਲ ਮਾਫ਼ੀ ਮੰਗ ਕੇ ਉਹਨਾਂ ਨੂੰ ਇਸ ਮੰਡੀ 'ਚ ਵਾਪਸ ਲੈ ਕੇ ਆਓ। ਅਗਰ ਇਹ ਕੰਮ ਤੁਸੀਂ ਕਰ ਜਾਓ ਔਰ ਜਿਸ ਮਕਸਦ ਵਾਸਤੇ ਮਾਰਕੀਟ ਕਮੇਟੀ ਬਣੀ ਹੈ ਔਰ ਜਿਸ ਮਕਸਦ ਵਾਸਤੇ ਗੱਲਾਂ ਮੰਡੀ ਬਣੀ ਹੈ ਉਸ ਮਕਸਦ ਵਾਸਤੇ ਇਸ ਮੰਡੀ ਨੂੰ ਲੈ ਕੇ ਆਓ, ਫਿਰ ਸਾਡੇ ਨਾਲ ਆ ਕੇ ਸਵਾਲ ਜਵਾਬ ਕਰਿਆ ਜੇ। ਤੁਸੀਂ ਸੜਕ ਕਹਿ ਰਹੇ ਹੋ, ਮੈਂ ਇਹਦੇ ਵਿੱਚ ਕਾਰਪੇਟ ਰੋਡਾਂ ਜੋ ਆਖੋਗੇ ਬਣਵਾ ਦਿਆਂਗਾ, ਇਸ ਮੰਡੀ ਨੂੰ ਤੁਸੀਂ ਜ਼ਿੰਦਾ ਕਰੋ ਦੁਬਾਰਾ। ਔਰ ਮੈਂ ਗੌਰ ਸੰਪਾਲ ਨੂੰ ਅੱਜ ਇਹ ਹਦਾਇਤ ਦੇ ਰਿਹਾ ਕਿ ਬਹਿਸੀਅਤ ਐਡਮਿਨਿਸਟ੍ਰੇਟਰ ਅਗਰ ਤੂੰ ਇੱਥੇ ਕੁਰਸੀ ਤੇ ਬਹਿ ਕੇ ਸਿਰਫ ਇਹੀ ਆਖਿਆ ਕਿ ਮੈਂ ਇੱਕ ਰੁਪਏ ਦਾ ਰਵਾਦਾਰ ਨਹੀਂ ਔਰ ਕਿਸੇ ਦੁਕਾਨਦਾਰ ਨੂੰ ਕੋਈ ਤੰਗ ਨਹੀਂ ਕਰੇਗਾ, ਇਹ ਤੇਰਾ ਕੰਮ ਨਹੀਂ ਹੈ ਗੌਰ ਸਾਹਿਬ, ਤੇਰਾ ਕੰਮ ਉਦੋਂ ਹੋਏਗਾ ਜੇ ਇਸ ਵਕਤ ਤੂੰ ਮੈਨੂੰ ਔਰ ਐਮ ਪੀ ਏ ਨੂੰ ਲਿਜਾ ਕੇ ਵਿਖਾਏਗਾ ਕਿ ਮੀਆਂ ਸਾਹਿਬ ਵੇਖੋ ਇਸ ਮੰਡੀ ਦੇ ਵਿੱਚ ਜਿਹਨਾਂ ਸਾਜ ਵੇਖ ਰਹੀ ਹੈ। ਕੋਈ ਲਫਜ਼ੀ ਗੱਲਾਂ, ਕੋਈ ਇਹ ਗੱਲ ਕਿ ਜੀ ਮੈਂ ਬਹੁਤ ਇਮਾਨਦਾਰ ਹਾਂ, ਇਹ ਵੇਖ ਲਓ ਮੇਰੇ ਤੇ ਇੱਕ ਰੁਪਏ ਦਾ ਨਹੀਂ, ਮੇਰਾ ਬਈ ਸਾਨੂੰ ਉਹ ਨਹੀਂ ਚਾਹੀਦੀ, ਮੈਂ ਕਿਸੇ ਨੂੰ ਤੰਗ ਨਹੀਂ ਕਰਦਾ, ਮੈਨੂੰ ਉਹ ਕਾਰਕਰਦਗੀ ਨਹੀਂ ਚਾਹੀਦੀ। ਮੈਂ ਕਾਰਕਰਦਗੀ ਉਸ ਦਿਨ ਵੇਖਾਂਗਾ ਜਿਸ ਦਿਨ ਸਾਡੀ ਗੱਲਾਂ ਮੰਡੀ ਦੁਬਾਰਾ ਤੋਂ ਇੱਥੇ ਕਿਸਾਨ ਔਰ ਜ਼ਿੰਮੀਦਾਰ ਇੱਥੇ ਆਪਦੀ ਅਜਨਾਸ ਲੈ ਕੇ ਆਏ, ਉਹ ਤੁਹਾਡੀ ਕਾਰਕਰਦਗੀ ਹੋਏ। ਇਹਨਾਂ ਹੀ ਗੁਜ਼ਾਰਿਸ਼ ਆਪ ਨਾਲ ਦੁਆ ਦੇ ਕੇ ਇਸ ਨੂੰ ਕਿ ਅੱਲਾਹ ਤਾਲਾ ਜੋ ਮਿਸ਼ਨ ਜਿਹੜਾ ਕੰਮ ਇੱਥੇ ਮੈਂ ਗੁਜ਼ਾਰਿਸ਼ ਕਰ ਰਿਹਾ, ਮੇਰੀਆਂ ਗੱਲਾਂ ਨਾਲ ਅਗਰ ਐਗਰੀ ਹੋ ਤੇ ਹੱਥ ਚ ਆ ਕੇ ਇਹਦੀ ਤੁਸੀਂ ਮਤਲਬ ਸਾਰੇ ਜੋ ਮੈਂ ਅਗਰ ਗਲਤ ਗੱਲ ਕੀਤੀ ਮੈਨੂੰ ਗਲਤ ਆਖੋ, ਲੇਕਿਨ ਮੈਂ ਮੁਬਾਰਕਬਾਦ ਵੀ ਦਿਆਂਗਾ ਨਾਲ ਅੱਜ ਇਹਨਾਂ ਕੋਲੋਂ ਇਹ ਤਵੱਕੋ ਲੈ ਕੇ ਜਾਵਾਂਗਾ ਕਿ ਜਿਹੜੀਆਂ ਗੱਲਾਂ ਮੈਂ ਅੱਜ ਤੁਹਾਡੇ ਨਾਲ ਕੀਤੀਆਂ ਨੇ ਇਨਸ਼ਾਅੱਲਾ ਸਾਨੂੰ ਇਹ ਕਰਕੇ ਵਿਖਾਣਗੇ। ਆਖਿਰ ਤੇ ਮੈਂ ਸਾਰੇ ਦੋਸਤਾਂ ਨੂੰ ਆਪਣੇ ਭਾਈਆਂ ਨੂੰ ਔਰ ਸਾਰਿਆਂ ਦਾ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਇੱਥੇ ਤਸ਼ਰੀਫ ਲਿਆਏ ਔਰ ਗੌਰ ਸਾਹਿਬ ਨੂੰ ਮੈਂ ਫਿਰ ਮਤਲਬ ਮੁਬਾਰਕਬਾਦ ਦੁਬਾਰਾ ਦੇਵਾਂਗਾ ਕਿ ਅੱਲਾਹ ਤਾਲਾ ਇਹਨੂੰ ਇਸ ਮਿਸ਼ਨ ਦੇ ਵਿੱਚ ਜਿਸ ਵਾਸਤੇ ਅੱਲਾਹ ਤਾਲਾ ਇਹਨੂੰ ਬਣਾਇਆ ਹੈਗਾ ਅੱਲਾਹ ਤਾਲਾ ਇਹਨੂੰ ਕਾਮਯਾਬ ਕਰੇ ਔਰ ਅੱਲਾਹ ਤਾਲਾ ਸਾਡੇ ਸ਼ਹਿਰ ਨੂੰ ਕਾਮਯਾਬ ਕਰੇ, ਤਾਂਜੇ ਵਾਲੇ ਨੂੰ ਅੱਲਾਹ ਕਰੇ ਕਿ ਜਿਹੜੇ ਸਾਡੇ ਕਿਸਾਨ ਔਰ ਜ਼ਿੰਮੀਦਾਰ ਅੱਜ ਸਾਹੀਵਾਲ ਦੀ ਸੜਕ ਬਣ ਗਈ ਹੈ, ਅੱਜ ਗੜ੍ਹ ਔਰ ਉਹਦੇ ਮੁਲਕਾ ਪੂਰਾ ਇਲਾਕਾ ਕੋਈ ਬੰਦਾ ਤਾਂਦਰੇ ਨੂੰ ਆਉਣ ਨੂੰ ਤਿਆਰ ਨਹੀਂ ਹੈ। ਬਿਲਕੁਲ ਸਹੀ ਗੱਲ, ਅੱਜ ਕੋਈ ਬੰਦਾ ਮੇਰੇ ਇਲਾਕੇ ਦਾ ਕੋਈ ਬੰਦਾ ਤਾਂਦਰੇ ਆਉਣ ਨੂੰ ਤਿਆਰ ਨਹੀਂ, ਸਾਰੇ ਸਮੁੰਦਰੀ ਜਾਂਦੇ ਪਏ ਨੇ, ਬਲਕਿ ਉਹਨਾਂ ਮੇਰੇ ਇਲਾਕਿਆਂ ਦੇ ਇਹ ਪਰਾਂ ਰਹਿਮੇ ਸ਼ਾਹ ਔਰ ਇਸ ਤੋਂ ਅੱਗੇ ਅੱਗੇ ਦੇ ਬੰਦਿਆਂ ਸਮੁੰਦਰੀ ਦੀ ਗੱਲਾਂ ਮੰਡੀ 'ਚ ਆਪਣੀਆਂ ਆੜਤਾਂ ਬਣਾ ਲਈਆਂ ਨੇ, ਉਹਨਾਂ ਨੇ ਆਪਣੀਆਂ ਆੜਤਾਂ ਬਣਾ ਲਈਆਂ ਨੇ। ਮੈਂ ਉਹਨਾਂ ਬੰਦਿਆਂ ਨੂੰ ਉਹਨਾਂ ਦੀ ਆੜਤਾਂ ਬੰਦ ਕਰਵਾ ਦਿਆਂਗਾ ਅਗਰ ਤੁਸੀਂ ਇੱਥੋਂ ਆਪਦੀ ਆੜਤਾਂ ਸ਼ੁਰੂ ਕਰਵਾ ਦਿਓ। ਮੈਂ ਉਹਨਾਂ ਨੂੰ ਵੀ ਇਸ ਮੰਡੀ ਦੇ ਵਿੱਚ ਲੈ ਕੇ ਆਵਾਂਗਾ, ਲੇਕਿਨ ਮੇਰੀ ਗੁਜ਼ਾਰਿਸ਼ ਇਹ ਹੈ ਕਿ ਖੁਦਾ ਰਾ ਇਸ ਸ਼ਹਿਰ ਦੀ ਕਾਮਯਾਬੀ ਵਾਸਤੇ, ਇਸ ਸ਼ਹਿਰ ਦੀਆਂ ਦੁਕਾਨਾਂ, ਇਸ ਸ਼ਹਿਰ ਦਾ ਕਾਰੋਬਾਰ,
ਇਸ ਸ਼ਹਿਰ ਦਾ ਤਾਜਰ ਤਬਕਾ ਉਸ ਵਕਤ ਕਾਮਯਾਬ ਹੋਏਗਾ ਜੇ ਇਸ ਵਕਤ ਗੱਲਾਂ ਮੰਡੀ ਵਿੱਚ ਸ਼ਹਿਰ ਵਿਕੇਗੀ ਔਰ ਉਹ ਲੋਕ ਨਿਕਲ ਕੇ ਤੁਹਾਡੀ ਦੁਕਾਨਾਂ ਤੋਂ ਆ ਕੇ ਖਰੀਦਾਰੀ ਕਰਨਗੇ।